ਸੋ ਛੋਟੇ ਹੁੰਦੇ ਮੈਂ ਮੋਹਾਲੀ ਰਹਿੰਦੀ ਹੁੰਦੀ ਸੀ 68 ਸੈਕਟਰ ਇੱਕ ਸੁਸਾਇਟੀ ਸੀਗੀ ਪੰਚਮ ਸੁਸਾਇਟੀ ਉੱਥੇ ਨਾ ਰਾਤ ਨੂੰ ਜੁਗਨੂ ਬਹੁਤ ਹੁੰਦੇ ਹੁੰਦੇ ਸੀਗੇ ਗਰਮੀਆਂ ਦੇ ਦਿਨ 'ਚ ਬਹੁਤ ਜੁਗਨੂ ਹੁੰਦੇ ਹੁੰਦੇ ਸੀਗੇ ਅਤੇ ਜਿਵੇਂ ਆਹ ਦੀਵਾਰ ਹੈ ਨਾ ਤਾਂ ਦੀਵਾਰ ਦੇ ਸਾਹਮਣੇ ਸੀਗੀ ਉੱਚੀ ਜਿਹੀ ਘਾਹ ਅਤੇ ਉਹ ਘਾਹ ਵਿੱਚ ਜੁਗਨੂ ਨਿਕਲ ਦਿੰਦੇ ਸੀਗੇ ਅਤੇ ਅਸੀਂ ਫੜ ਦਿੰਦੇ ਸੀਗੇ ਅਤੇ ਪੂਰੀ ਪੂਰੀ ਸ਼ਾਮ ਅਸੀਂ ਐਂ ਕੱਢ ਦੇਣੀ ਜੁਗਨੂ ਜੁਗਨੂ ਫੜਦੇ ਹੋਏ ਪਰ ਉਦੋਂ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀਗਾ ਲਾਈਕ ਆਈ ਵਾਸ ਲਾਈਕ 10-11 ਸਾਲਾਂ ਦੀ ਹੈ ਨਾ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀਗਾ ਕਿ ਵੱਡੇ ਹੋ ਕੇ ਮੈਨੂੰ ਗਸਤੀ ਰੰਡੀ ਆਹ ਦੇ ਆਹ ਲੈ ਹਰ ਰੋਜ਼ ਸੁਣਨ ਨੂੰ ਮਿਲੂਗਾ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਦਿਸ ਇਜ਼ ਅ ਪਾਰਟ ਆਫ ਲਾਈਫ ਮੁਸਕਾਨ ਇਹ ਲਾਈਫ 'ਚ ਤੈਨੂੰ ਸੁਣਨਾ ਪਊਗਾ ਮੈਨੂੰ ਕਿਸੇ ਨੇ ਨੋਬਡੀ ਟੋਲਡ ਮੀ ਮੈਨੂੰ ਆਹ ਜ਼ਰੂਰ ਦੱਸਿਆ ਸੀਗਾ ਕਿ ਵੱਡੇ ਹੋ ਕੇ ਤੇਰਾ ਵਿਆਹ ਹੋਊਗਾ ਹੈ ਨਾ ਤੇਰੇ ਬੱਚੇ ਹੋਣਗੇ ਪਰ ਕਿਸੇ ਨੇ ਆਹ ਤਾਂ ਦੱਸਿਆ ਨਹੀਂ ਕਿ ਗਸ਼ਤੀ ਰੰਡੀ ਇਹ ਜੋ ਵਰਡਸ ਹਰ ਰੋਜ਼ ਸੁਣਨ ਨੂੰ ਮਿਲਣਗੇ ਵਾਓ ਆਈ ਹੈਡ ਨੋ ਆਈਡੀਆ ਦੈਟਸ ਰੀਅਲੀ ਇੰਟਰਸਟਿੰਗ ਬਿਕੋਜ਼ ਸਭ ਨੂੰ ਤਾਂ ਪਤਾ ਸੀਗਾ ਮੇਰੀ ਲਾਈਫ 'ਚ ਜਿਹੜੇ ਸਾਰੇ ਵੱਡੇ ਲੋਕ ਸੀਗੇ ਉਹਨਾਂ ਨੂੰ ਤਾਂ ਪਤਾ ਹੀ ਸੀਗਾ ਕਿ ਨਹੀਂ ਪਤਾ ਸੀਗਾ ਕਿਵੇਂ ਨਹੀਂ ਪਤਾ ਸੀਗਾ ਤੁਹਾਨੂੰ ਤੁਹਾਨੂੰ ਕਿਵੇਂ ਨਹੀਂ ਪਤਾ ਸੀ ਮੇਰੀ ਗੱਲ ਸੁਣੋ ਜੇ ਤੁਸੀਂ ਕੁੜੀਆਂ ਨੂੰ ਕਹਿੰਦੇ ਹੋ ਜਦੋਂ ਉਹਨਾਂ ਨੂੰ ਆਹ ਗਾਲਾਂ ਸੁਣਨ ਨੂੰ ਮਿਲਦੀਆਂ ਤੁਸੀਂ ਕੁੜੀਆਂ ਨੂੰ ਕਹਿੰਦੇ ਹੋ ਇਗਨੋਰ ਤਾਂ ਇਹਦਾ ਮਤਲਬ ਆਹੀ ਹੈ ਕਿ ਤੁਸੀਂ ਉਹ ਜਿਹੜੀ ਗਾਲਾਂ ਕੱਢ ਰਹੇ ਨੇ ਉਹਨਾਂ ਨੂੰ ਕਹਿ ਰਹੇ ਹੋ ਕੰਟੀਨਿਊ ਤਾਂ ਤੁਹਾਨੂੰ ਪਤਾ ਨਹੀਂ ਸੀਗਾ ਕਿ ਮੈਨੂੰ ਵੀ ਇਹ ਜਿਹੀ ਗਾਲਾਂ ਸੁਣਨ ਨੂੰ ਮਿਲਣਗੀਆਂ ਲੈ ਤੁਹਾਡੇ ਘਰ ਕੁੜੀਆਂ ਹੈਗੀਆਂ ਉਹਨਾਂ ਨੂੰ ਵੀ ਮਿਲਣਗੀਆਂ ਹਜੇ ਸੁਣਿਓ ਵੇਟ ਕਰੋ ਹਜੇ ਉਹਨਾਂ ਨੂੰ ਵੀ ਮਿਲਣਗੀਆਂ ਉਹ ਵੀ ਆ ਕੇ ਦੱਸਣਗੀਆਂ ਘਰੇ ਆ ਕੇ ਸੁਣਿਓ ਸੋ ਪਤਾ ਗੱਲ ਕੀ ਹੈ ਮੈਂ ਤੁਹਾਨੂੰ ਸਮਝਾਉਂਦੀ ਹਾਂ ਆਹ ਵਾਲੇ ਘਰ 'ਚ ਚੋਰੀ ਹੋਈ ਸੀਗੀ ਉਹਨਾਂ ਨੂੰ ਜਾ ਕੇ ਕਹਿਤਾ ਕਹਿੰਦੇ ਜੀ ਨਵੇਂ ਤਾਲੇ ਲਾ ਲਓ ਨਵੇਂ ਤਾਲੇ ਲਾ ਲਓ ਅਤੇ ਹੋਰ ਤਾਲੇ ਲਾ ਲਓ ਕਹਿੰਦੇ ਜੀ ਠੀਕ ਹੈ ਅਗਲੇ ਦਿਨ ਆਹ ਵਾਲੇ ਘਰ 'ਚ ਚੋਰੀ ਹੋ ਗਈ ਦੱਸੋ ਉਹਨਾਂ ਨੂੰ ਕੀ ਕਿਹਾ ਗਿਆ ਨਵੇਂ ਤਾਲੇ ਲਾ ਲਓ ਅਤੇ ਹੋਰ ਤਾਲੇ ਲਾ ਲਓ ਗੁੱਡ ਪਰਫੈਕਟ ਹੁਣ ਤੁਹਾਡੇ ਘਰ ਚੋਰੀ ਨਹੀਂ ਹੋਊਗੀ ਤੁਹਾਡੇ ਘਰ ਚੋਰੀ ਨਹੀਂ ਹੋਊਗੀ ਤੀਸਰੇ ਦਿਨ ਆਹ ਵਾਲੇ ਘਰ 'ਚ ਚੋਰੀ ਹੋ ਗਈ ਪਤਾ ਕਿਉਂ ਕਿਉਂਕਿ ਚੋਰ ਤਾਂ ਕਿਸੇ ਨੇ ਸਾਲਾ ਫੜਿਆ ਹੀ ਨਹੀਂ ਚੋਰ ਤਾਂ ਘੁੰਮ ਰਿਹਾ ਕਿਉਂਕਿ ਇਹਨਾਂ ਨੂੰ ਤਾਂ ਕਹਿਤਾ ਜੀ ਇਸ ਓਕੇ ਤੁਸੀਂ ਆਪਣੇ ਘਰਾਂ 'ਚ ਰਹੋ ਸੋ ਓਬਵੀਅਸਲੀ ਟੈਲ ਦ ਡੌਟਰਸ ਇਨ ਯੋਰ ਹਾਊਸ ਤੁਹਾਡੇ ਘਰ 'ਚ ਜਿਹੜੀ ਤੁਹਾਡੀ ਕੁੜੀਆਂ ਹੈ ਤੁਹਾਡੀ ਭੈਣ ਹੈ ਉਹਨਾਂ ਨੂੰ ਦੱਸ ਦਿਓ ਛੋਟੇ ਹੁੰਦੇ ਕਿ ਵੱਡੇ ਹੋ ਕੇ ਲਾਈਫ 'ਚ ਐਂ ਵੀ ਹੋਊਗਾ ਕਿਉਂਕਿ ਚੋਰ ਤਾਂ ਸਾਲਾ ਕਿਸੇ ਨੇ ਫੜਿਆ ਹੀ ਨਹੀਂ ਜਿਹੜਾ ਗਾਲਾਂ ਕੱਢ ਰਿਹਾ ਠੀਕ ਹੈ ਜਿਹੜਾ 40 ਸਾਲ ਪਹਿਲਾਂ 20 ਸਾਲ ਦਾ ਮੁੰਡਾ ਗਾਲਾਂ ਕੱਢ ਰਿਹਾ ਸੀ ਉਹਨੂੰ ਤਾਂ ਕਿਸੇ ਨੇ ਰੋਕਿਆ ਹੀ ਨਹੀਂ ਉਹ ਤਾਂ 60 ਸਾਲਾਂ ਦਾ ਹੋ ਕੇ ਹੁਣ ਮੈਨੂੰ ਗਾਲਾਂ ਕੱਢ ਰਿਹਾ ਕਿ ਨਹੀਂ ਕੱਢ ਰਿਹਾ 10 ਸਾਲਾਂ ਨੂੰ ਮੇਰੀ ਕੁੜੀਆਂ ਨੂੰ ਗਾਲਾਂ ਕੱਢੂਗਾ ਕਿ ਨਹੀਂ ਕੱਢੂਗਾ ਕੱਢੂਗਾ ਕਿਉਂਕਿ ਚੋਰ ਤਾਂ ਸਾਲਾ ਕਿਸੇ ਨੇ ਫੜਿਆ ਹੀ ਨਹੀਂ ਤਾਂ ਮੈਂ ਤਾਂ ਜੀ ਛੋਟੇ ਹੁੰਦੇ ਆਪਣੀ ਕੁੜੀਆਂ ਨੂੰ ਸਮਝਾ ਦੂੰਗੀ ਕਿ ਦਿਸ ਇਜ਼ ਅ ਪਾਰਟ ਆਫ ਲਾਈਫ ਨੋਬਡੀ ਵਾਂਟਸ ਟੂ ਚੇਂਜ ਕੋਈ ਚੇਂਜ ਨਹੀਂ ਹੋਣਾ ਚਾਹੁੰਦਾ ਸਾਰੇ ਬਸ ਉਹੀ ਫੋਲੋ ਕਰਨਾ ਚਾਹੁੰਦੇ ਕਿ ਕੁੜੀਆਂ ਨੂੰ ਕਹੋ ਇਗਨੋਰ ਸਿਰ ਟੱਕੋ ਘਰਾਂ 'ਚ ਰਹੋ ਇੱਥੇ ਨਾ ਜਾਓ ਉੱਥੇ ਨਾ ਜਾਓ ਆ ਨਾ ਪਾਓ ਆ ਨਾ ਕਰੋ ਕਿਉਂਕਿ ਚੋਰ ਤਾਂ ਸਾਰਾ ਕਿਸੇ ਨੇ ਫੜਿਆ ਹੀ ਨਹੀਂ ਸੋ ਹੈ ਨਾ ਮਤਲਬ ਇਟਸ ਕੁਆਇਟ ਇੰਟਰਸਟਿੰਗ ਆਪਾਂ ਚੋਰ ਫੜਦੇ ਨਹੀਂ ਅਤੇ ਕਹਿੰਦੇ ਅੱਜ ਚੋਰੀ ਹੋ ਗਈ ਵਾਟ ਯੂ ਐਕਸਪੈਕਟ